ਇਹ ਜਿਹਨਾਂ ਕਬਰ 'ਚ ਆਉਣਾ ਨਾ ਉਹਨਾਂ ਬੜੇ ਪਿਆਰ ਨਾਲ ਤੁਹਾਡੇ ਨਾਲ ਗੱਲ ਕਰਨੀ ਹੈ, ਮਤਲਬ ਤੁਸੀਂ ਕਹੋ ਨਾ ਕਹਿਣਾ ਉੱਠ ਇੱਥੇ ਨੀਂਦਰਾਂ ਪੂਰੀਆਂ ਕਰਨ, ਉੱਠ ਨਾ 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 ਜੁਰਾ ਤੇ ਬੜਾ ਉਹਨਾਂ ਦੀ ਮਲਾਇਕਾ ਦੀ ਨੂਰੀਆਂ ਦੀ ਜੁਰਾ ਤੇ ਆ ਕੇ ਉੱਚੀ ਸਾਹ ਵੀ ਲੈਣ ਕਬਰ 'ਚ ਉਹਨਾਂ ਆਉਂਦਿਆਂ ਕਹਿਣਾ ਸੁੱਤੇ ਆਹੋ ਸੁੱਤੇ ਆ ਕੀ ਗੱਲ ਖੈਰ ਜੇ ਆ ਜੀ ਕੋਈ ਦੋ ਤਿੰਨ ਗੱਲਾਂ ਕਰਨੀਆਂ ਕੀ ਗੱਲ ਦੱਸੋ ਮਰ ਰੱਬੋ ਗਾ ਰੱਬੀ ਅੱਲਾ ਮਨ ਨਬੀਓ ਕਾ ਨਬੀ ਮੁਹੰਮਦ ਉਰ ਰਸੂਲੁੱਲਾ ਸੱਲਾ ਸੱਲਮ ਮਾ ਦੀਨੋ ਕਾ ਦੀਨੀ ਅਲ ਇਸਲਾਮ ਅਸੀਂ ਚੱਲਨੇ ਹਾਂ ਕਰੋ ਆਰਾਮ ਨਬੀ ਨੇ ਸਲਾਮ ਦੇ ਗੁਲਾਮ ਦਾ ਟੌਰ ਖੁਦਾ ਦੀ ਕਸਮ ਸਰਕਾਰ ਦੇ ਗੁਲਾਮ ਦਾ ਟੌਰ ਹੀ ਅੱਲਾ ਨੇ ਇੰਨਾ ਬਣਾਇਆ ਇਸ ਵਾਸਤੇ ਦੋ ਮੌਲੀ ਸਾਹਿਬ ਖੁਦਾ ਦਾ ਬੰਦੇ ਖਿੱਚ ਕੇ ਲੈ ਜਾ ਬਾਹਰ ਤੂੰ ਜਿਹੜਾ ਉੱਥੇ ਟਰੈਕਟਰ ਨੂੰ ਸਟਾਰਟ ਕਰਾਉਣਾ ਕੈਸਾ ਸਮਾਂ ਬਣਿਆ ਗੋਬਿੰਦਗੜ ਵਾਲਿਓ ਮੈਂ ਲੰਮੀ ਤਕਰੀਰ ਨਹੀਂ ਕਰਨਾ ਚਾਹੁੰਦਾ ਸੁਣੋ ਧਿਆਨ ਨਾਲ ਮੈਂ ਦੋਸਤੋ ਚੰਦ ਬਾਤਾਂ ਕਰਨਾ ਚਾਹੁੰਦਾ ਸੁਣੋ ਇੱਜ਼ਤ ਤੇ ਵਕਾਰ ਰੱਬ ਨੇ ਦੀਨ ਦੇ ਅੰਦਰ ਕਿਤਨੀ ਇੱਜ਼ਤ ਬਣਾਈ ਹੈ ਸੁਣੋ ਕੁਰਾਨ ਪਾਕ ਰੱਬੇ ਕਾਇਨਾਤ ਨੇ ਮੇਰੇ ਮੁਸਤਫਾ ਅਲ ਇਸਲਾਮ ਦੇ ਬਾਰੇ ਫਰਮਾਇਆ ਇੰਨਾ ਅਰਸਲਨਾ ਕਾ ਸ਼ਾਹਿਦੰ ਵ ਮੁਬਸ਼ਿਰੰ ਵ ਨਜ਼ੀਰਾ ਲੇ ਤੁਮਿਨੂ ਬਿੱਲਾਹ ਵ ਰਸੂਲਹੀ ਵ ਤੁਅਜ਼ਿਰੂ ਹੋ ਵ ਤੁਵੱਕਰੂ ਹੋ ਵ ਤੁਸੱਬਿਹੂ ਹੋ ਬੁਕਰਾ ਤੰਵਾਸੀਲਾ ਮੇਰੇ ਮੁਸਤਫਾ ਅਲ ਇਸਲਾਮ ਦੀ ਇੱਜ਼ਤ ਕਰਿਆ ਜੇ ਮੇਰੇ ਪੈਗੰਬਰ ਅਲ ਇਸਲਾਮ ਦਾ ਇਹਤਰਾਮ ਕਰਿਆ ਜੇ ਮੇਰੇ ਮੁਸਤਫਾ ਦੀ ਤੋਕੀਰ ਕਰਿਆ ਜੇ ਮੇਰੇ ਸੋਹਣੇ ਨਬੀ ਦੀ ਇੱਜ਼ਤ ਕਰਿਆ ਜੇ ਤੁਸੀਂ ਇੱਜ਼ਤ ਕਰਕੇ ਵਿਖਾ ਦਿਓ ਅਸੀਂ ਤੁਹਾਨੂੰ ਇੱਜ਼ਤ ਵਾਲਾ ਬਣਾ ਕੇ ਵਿਖਾ ਦਿਆਂਗੇ ਮੇਰੇ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਜ਼ਤ ਕਰਨ ਵਾਲੇ ਬਣ ਜਾਓ ਮੇਰੇ ਮੁਸਤਫਾ ਅਲ ਇਸਲਾਮ ਦਾ ਇਹਤਰਾਮ ਕਰਨ ਵਾਲੇ ਬਣ ਕੇ ਵਖਾਓ ਔਰ ਦੇਖੋ ਜਿੰਨਾ ਇੱਜ਼ਤ ਕੀਤੀ ਹੈ ਨਬੀ ਇਸਲਾਮ ਦੇ ਚਾਚਾ ਜਾਨ ਹਜ਼ਰਤ ਅੱਬਾਸ ਰਜ਼ੀ ਅੱਲਾਹੁ ਤਾਲਾ ਅਨਹੁ ਯੋ ਉਦੀਮ ਤੇ ਆਣ ਲੈਣ ਲੱਗੇ ਨੇ ਵੇਖਣ ਲੱਗੇ ਸਨ ਅਸੀਂ ਅਜ਼ਮਾਈਏ ਇਹ ਕਿਹੋ ਜਿਹੇ ਲੋਕ ਨੇ ਅਸੀਂ ਅਜ਼ਮਾਈਏ ਕਿਹੋ ਜਿਹੇ ਲੋਕ ਨੇ ਯਹੂਦੀ ਕਹਿਣ ਲੱਗੇ ਇਹ ਦੱਸੋ ਤੁਸੀਂ ਵੱਡੇ ਹੋ ਕਿ ਮੁਹੰਮਦ ਵੱਡੇ ਨੇ ਬੋਲੋ ਸੱਲੱਲਾਹੁ ਅਲੈਹਿ ਵਸੱਲਮ ਨਬੀ ਅਲੈਹਿਸਲਾਮ ਦੀ ਉਮਰ ਹਜ਼ਰਤ ਅੱਬਾਸ ਰਜ਼ੀ ਅੱਲਾਹੁ ਤਾਲਾ ਅਨਹੁ ਨਾਲੋਂ ਥੋੜ੍ਹੀ ਸੀ ਹਜ਼ਰਤ ਅੱਬਾਸ ਦੀ ਉਮਰ ਜ਼ਿਆਦਾ ਸੀ ਪਰ ਹੁਣ ਪਿਆਰ ਵੇਖਿਆ ਜੇ ਅਦਬ ਵੇਖਿਆ ਜੇ ਇਹਤਰਾਮ ਵੇਖਿਆ ਜੇ ਗੋਬਿੰਦਗੜ ਵਾਲਿਓ ਪਰਵਾਨਿਓ ਕੁਰਬਾਨ ਹੋ ਜਾਓ ਨਬੀ ਸੁਲਤਾਨ ਅਲੈਹਿਸਲਾਮ ਦੇ ਨਾਮ ਤੋਂ ਮਕਾਮ ਤੋਂ ਸ਼ਾਨ ਤੋਂ ਫਰਮਾਨ ਤੋਂ ਖਾਨਦਾਨ ਤੋਂ ਸੁਭਾਨ ਮੇਰੇ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਯਹੂਦੀ ਕਹਿੰਦੇ ਜੀ ਆਪ ਵੱਡੇ ਨੇ ਕਿ ਤੁਸੀਂ ਵੱਡੇ ਹੋ ਹਜ਼ਰਤ ਅੱਬਾਸ ਬੋਲੇ ਰਜ਼ੀ ਅੱਲਾਹੁ ਤਾਲਾ ਨੂੰ ਵੱਡੇ ਨਬੀ ਅਲੈਹਿ ਸਲਾਮ ਹੀ ਨੇ ਉਂਝ ਅੱਲਾ ਪਾਕ ਨੇ ਸੋਹਣੇ ਤੋਂ ਪਹਿਲਾਂ ਮੈਨੂੰ ਪੈਦਾ ਫਰਮਾਇਆ ਵੱਡੇ ਸੋਹਣੇ ਹੀ ਵੱਡਾ ਸੋਹਣਾ ਹੀ ਹੈ ਸੁਭਾਨ ਅੱਲਾ ਕਹੋ ਨਬੀ ਅਲੈਹਿ ਸਲਾਤੁ ਵਸਲਾਮ ਵੱਡੇ ਨੇ ਪਾਕ ਪੈਗੰਬਰ ਅਲੈਹਿ ਸਲਾਮ ਵੱਡੇ ਨੇ ਅੱਲਾ ਪਾਕ ਨੇ ਸੋਹਣੇ ਨੂੰ ਬੜੀਆਂ ਇੱਜ਼ਤਾਂ ਨਾਲ ਨਵਾਜ਼ਿਆ ਯਾ ਅਯੋਹਨ ਨਬੀ ਇੰਨਾ ਅਰਸਲਨਾ ਕਾ ਸ਼ਾਹਿਦੰ ਵ ਮੁਬਸ਼ਿਰੰ ਵ ਨਜ਼ੀਰਾ ਵ ਦਾਇਯਨ ਇਲੱਲਾਹ ਬਿਇਜ਼ਨਿਹਿ ਵ ਸਿਰਾਜੰ ਮੁਨੀਰਾ ਸੋਹਣਿਓ ਮੈਂ ਤੁਹਾਨੂੰ ਸ਼ਾਹਿਦ ਬਣਾਇਆ ਮੁਬਸ਼ਰ ਬਣਾਇਆ ਨਜ਼ੀਰ ਬਣਾਇਆ ਪਾਕ ਪੈਗੰਬਰ ਅਲੈਹਿ ਸਲਾਮ ਕਿਤਨਾ ਅੱਲਾ ਨੇ ਸ਼ਾਨ ਕਿੰਨੀ ਇੱਜ਼ਤ ਅਤਾ ਫਰਮਾਈ ਸੁਬਹਾਨ ਅੱਲਜ਼ੀ ਅਸਰਾ ਬਿਅਬਦਿਹੀ ਲੈਲਮ ਮਿਨਲ ਮਸਜਿਦਿਲ ਹਰਾਮ ਇਲਲ ਮਸਜਿਦਿਲ ਅਕਸਾ ਅੱਲਜ਼ੀ ਬਾਰਕਨਾ ਹੌਲਹੂ ਲਨੁਰੀਯਹੂ ਮਿਨ ਆਯਾਤਿਨਾ ਇਨਹੂ ਹੁਵਸ ਸਮੀਉਲ ਬਸੀਰ ਮੇਰੇ ਮੁਸਤਫਾ ਅਲੈਹਿ ਸਲਾਤੁ ਵਸਲਾਮ ਨੂੰ ਅੱਲਾ ਕਰੀਮ ਨੇ ਇੰਨੀਆਂ ਸ਼ਾਨਾਂ ਇਤਨਾ ਮਰਤਬਾ ਅਤਾ ਫਰਮਾਇਆ ਅਰਜ਼ ਕੀਤੀ ਜਿਬਰੀਲ
सोने आके चलो आ कर रब दा पैगाम आ गया है सुवारी लीडर ते बुराक आ गया है और वागा फड़न नु गुलाम आ गया है जहां साच पहुंचे मोहम्मद प्यारे खड़े सन नबी इंतजारी च सारे जिबरील नबिया नु ऐलान कीता सफा ठीक कर लो इमाम आ गया है मेरे मुस्तफा अलैहि सलाम नू अल्लाह पाक ने किन्नी इज्जत अता फरमाई और इस तो पहले सुन लो जिब्रील अमीन आए बुराक लेके आए सवारी लेके आए मेरे पाक नबी अलैहि सलाम सवार होने लगे ने बुराक ते बुराक ने जल्दी की थी तेजी की थी काल की थी पाक पैगंबर अलैहि सलाम बोले मेरी सरकार सुनना जिब्रील अमीन बोले जिब्रील अमीन फरमांदे ने बुराक जल्दी ना कर तेजी ना कर काल ना कर अज तेरे ते ओ हस्ती सवार होन लगी है जिन्ना नालो इज्जत वाला होर कोई नहीं मेरे मुस्तफा सल्लल्लाहो अलैहि वालेहि वसल्लम मेरे पाक पैगंबर सल्लल्लाहो अलैहि वालेहि वसल्लम अल्लाह पाक ने बड़िया इज्जतां अता फरमाइया बड़िया शाना बड़ा मकाम बड़ा मर्तबा अता फरमाया लोगो सुनो जिन्हों कायनात दा रब इज्जत अता फरमाए जिन्हों कायनात दा मालिक शान अता फरमाए जिन्हों कायनात दा रब वकार अता फरमाए बहार अता फरमाए और सब नालों वध के इज्जत वाले कौन सन मुहम्मद रसूल आखो मिल के सल्लल्लाहो अलैहि वसल्लम नबी आप नबी सलातो सलाम अगे खड़े ने सारे अंबिया पीछे खड़े ने सुबहान पाक पैगंबर अलैहि सलाम दा शान और खत्मे नबूवत दा ताज रब्बे कायनात ने सोने नू पहनाया मा खाना मुहम्मद नबा अहदिम मिर रिजालिकुम वलाकिर रसूल अल्लाह व खातमन नबीयीन व कान अल्लाह बिकुल्ली शैइन अलीमा पाक पैगंबर अलैहि सलाम दिया शाना सुनो कुरान वज़ुहा वल्लैली इज़ा सजा मा वद्दाका रब्बुका वमा कला वलल आखिरतु खैरुल लक मिनल उला वला सौफा युतीका रब्बुका फतरज़ा सुनियो मैं तुहानू राजी कर देंगा मिलके कहो सुभान अल्लाह असी कुरान पढ़ने आ रब राजी हो जाए हज करने आ रब राजी हो जाए उमरा करने आ रब राजी हो जाए मेरे दोस्तों जकात देने आ रब राजी हो जाए जकात देने आ रब राजी हो जाए इतकाफ करने आ रब राजी हो जाए जिहाद करने आ रब राजी हो जाए नमाज पढ़ने आ रब राजी हो जाए तहज्जुद पढ़ने आ रब राजी हो जाए रोजे रखने आ रब राजी हो जाए जिहाद करने आ रब राजी हो जाए मुनीर अले सलाम दे बारे अला कुल्ले शेयर कदीर कह रहा है सुनियो मैं चाहना मेरा यार राजी हो जाए सारी दुनिया मेनू राजी भी कर दी है जहान मेनू राजी कर रहा है माशर दे मैदान च असी तुहानू राजी करांगे मेरे मुस्तफा दी अजमत खुदा दी कसम इतने प्यारे मुस्तफा पढ़ो हां सल्लल्लाहु सल्लल्लाहु अलैहि वसल्लम सारे बोलो इज्जत कौन देंदा है अल्लाह सुबहानहु व तआला इज्जत अता फरमान वाले मालिक कायनात दियां मर्जियां रब्बे जुलजलाल दियां मर्जियां चल दियां ने सुनो अल्लाह सुबहानहु व तआला फरमान मैं कुरान अपने सोने नबी ते नाज़िल फरमाया मैं सारी कायनात दे इंसानां दे दिलां नूं वेखिया मैनूं कुरान नाज़िल करन वास्ते मुस्तफा दा दिल मुबारक पसंद आया تبارک الذی نزل الفرقان علی عبده لیکون للعالمین نذیرا سبحان اللہ
ਮੇਰੇ ਮੁਸਤਫਾ ਅਲੈਹ ਸਲਾਮ ਦੇ ਯਾਰ ਕੈਸੇ ਪਿਆਰੇ ਲੋਗੋ, ਮੇਰੇ ਮੁਸਤਫਾ ਅਲੈਹ ਸਲਾਮ ਆਪ ਵੀ ਇੱਜ਼ਤ ਵਾਲੇ, ਯਾਰ ਕਿਤਨੇ ਪਿਆਰੇ। ਅੱਲਾ ਸੁਬਹਾਨਾ ਹੁਵਾ ਤਾਲਾ ਯਾਰਾਂ ਦੇ ਬਾਰੇ ਫਰਮਾਉਂਦੇ ਨੇ, ਫਰਮਾਇਆ ਮੇਰੇ ਸੋਹਣੇ ਹਬੀਬ ਅਲੈਹ ਸਲਾਮ ਤੁਹਾਡੇ ਯਾਰ ਇਤਨੇ ਸੋਹਣੇ, ਫਰਮਾਇਆ ਅਤਾਇਬੂਨ ਅਲ ਆਬਿਦੂਨ ਅਲ ਹਾਮਿਦੂਨ ਅਸਾਇਹੂਨ ਅਰਰਾਕਿਊਨ ਅਸਾਜਿਦੂਨ ਅਲ ਆਮਿਰੂਨ ਬਿਲ ਮਾਰੂਫ والناهون عن المنكر والحافظون لحدود الله والحافظون لحدود الله وبشر المؤمنين। ਮੇਰੇ ਪਾਕ ਪੈਗੰਬਰ ਅਲੈਹ ਸਲਾਮ ਦੇ ਯਾਰ ਇਤਨੇ ਪਿਆਰੇ, ਪਾਕ ਪੈਗੰਬਰ ਅਲੈਹ ਸਲਾਮ ਆਪ ਵੀ ਸੋਹਣੇ ਤੇ ਯਾਰ ਵੀ ਸੋਹਣੇ, ਆਪ ਵੀ ਆਲਾ ਤੇ ਯਾਰ ਵੀ ਸ਼ਗਿਰਦੀ, ਜਿਨ੍ਹਾਂ ਨੇ ਪਿਆਰੇ ਦੀ ਕੀਤੀ। ਮੇਰੇ ਮੁਸਤਫਾ ਅਲੈਹ ਸਲਾਮ ਦੇ ਪਰਵਾਨੇ ਆਪ ਦੇ ਯਾਰ ਸ਼ਗਿਰਦੀ, ਜਿਨ੍ਹਾਂ ਨੇ ਪਿਆਰੇ ਦੀ ਕੀਤੀ, ਉਮਰ ਸਾਰੀ ਅੰਦਰ ਨਜ਼ਾਰੇ ਦੇ ਬੀਤੀ, ਨਜ਼ਾਰੇ ਦੇ ਬੀਤੀ, ਇਸ਼ਾਰੇ ਦੇ ਬੀਤੀ, ਨਬੀ ਜੀ ਦੇ ਸੋਹਣੇ ਦੁਆਰੇ ਤੇ ਬੀਤੀ, ਨਬੀ ਜੀ ਦੀਆਂ ਫੌਜਾਂ ਕੇ ਤਾਰਾਂ ਦੇ ਸਾਥੀ, ਸਫ਼ਰ ਹਜ਼ਰ ਦੇ ਉਹ ਖਾਰਾਂ ਦੇ ਸਾਥੀ, ਉਹ ਲੈਲਾਂ ਦੇ ਸਾਥੀ, ਨਹਾਰਾਂ ਦੇ ਸਾਥੀ, ਜੋ ਨਬੀ ਜੀ ਦੇ ਸਹਾਬਾ ਨਾਲ ਪਿਆਰ ਪਾਸੀ, ਖੁਦਾ ਦੀ ਕਸਮ ਜੰਨਤ ਨੂੰ ਜਾਸੀ। ਤੇ ਗੱਲ ਸੁਣੋ, ਇੱਜ਼ਤ ਦੀ ਬਾਤ ਆਈ ਹੈ ਤੇ ਸੁਣੋ ਜ਼ਰਾ। ਜਿਬਰੀਲ ਅਮੀਨ ਫਰਮਾਉਂਦੇ ਨੇ, ਮੈਂ ਮਸ਼ਰਕ ਤੋਂ ਮਗਰਬ, ਸ਼ਮਾਲੋ ਜਨੂਬ ਬੜੀ ਬੜੀ ਦੂਰ ਗਿਆ, ਮੈਂ ਬੜੇ ਬੜੇ ਵੇਖੇ, ਪਰ ਮੁਹੰਮਦ ਸੋਹਣੇ ਵਰਗਾ ਮੈਂ ਵੀ ਨਹੀਂ ਜਾਣ ਤੇ ਵੇਖਿਆ। ਸੋਹਣੇ ਮੁਸਤਫਾ ਅਲੈਹ ਸਲਾਮ ਵਰਗਾ ਮੈਂ ਕੋਈ ਨਹੀਂ ਵੇਖਿਆ। ਨਬੀ ਅਲੈਹ ਸਲਾਮ ਜਾ ਕੇ ਦਰਵਾਜ਼ਾ ਖਟਖਟਾਣ ਕੇ, ਵੇਖੋ ਇੱਜ਼ਤ ਵਕਾਰ ਜੰਨਤ, ਸਾਰੇ ਜੰਨਤ ਵਿੱਚ ਜਾਣ ਵਾਲੇ, ਬਦਰੇ ਮੁਨੀਰ ਜੰਨਤ ਦਾ ਬੂਹਾ ਖੜਕਾਉਣ ਵਾਲੇ। ਔਰ ਕਹੇਗਾ ਦਰਬਾਨ, ਮਨ ਅੰਤਾ ਤੁਸੀਂ ਕੌਣ? ਆ ਫਰਮਾਉਂਦੇ ਨੇ, ਮੈਂ ਫਰਮਾਵਾਂਗਾ ਆਨਾ ਮੁਹੰਮਦ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ। ਤਰਜਮਾ ਸੁਣੋ, ਤਰਜਮਾ, ਮੈਂ ਮੁਹੰਮਦ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਤੇ ਆਮਿਨਾ ਦਾ ਜਾਇਆ, ਜਲਦੀ ਦਰਵਾਜ਼ਾ ਜੰਨਤ ਖੋਲੋ, ਮੈਂ ਉਮਤ ਨਾਲ ਲਿਆਇਆ, ਮੈਂ ਮੁਹੰਮਦ, ਮੈਂ ਮੁਹੰਮਦ ਤੇ ਆਮਿਨਾ ਦਾ ਜਾਇਆ, ਜਲਦੀ ਦਰਵਾਜ਼ਾ ਜੰਨਤ ਖੋਲੋ, ਮੈਂ ਉਮਤ ਨਾਲ ਲਿਆਇਆ। ਮੇਰੇ ਮੁਸਤਫਾ ਅਲੈਹ ਸਲਾਮ ਨੇ ਫਰਮਾਇਆ ਅਨਾ ਅਕਰਮੁਲ ਅਵਲੀਨ ਵਲ ਆਖਰੀਨ, ਲੋਗੋ ਮੇਰੇ ਤੋਂ ਪਹਿਲਾਂ ਰੱਬ ਨੇ ਜਿੰਨੇ ਪੈਦਾ ਫਰਮਾਏ ਨੇ, ਔਰ ਮੇਰੇ ਤੋਂ ਬਾਅਦ ਰੱਬ ਸੋਹਣਾ ਜਿੰਨਿਆਂ ਨੂੰ ਪੈਦਾ ਫਰਮਾਏਗਾ, ਮੈਨੂੰ ਅੱਲਾ ਨੇ ਸਾਰਿਆਂ ਵਿੱਚੋਂ ਇੱਜ਼ਤ ਅਤਾ ਫਰਮਾਈ, ਸਾਰਿਆਂ ਵਿੱਚੋਂ ਰੱਬ ਨੇ ਇੱਜ਼ਤ ਅਤਾ। ਅੱਛਾ ਗੱਲ ਸੁਣੋ, ਹਜ਼ਰਤ ਯੂਸਫ ਅਲੈਹ ਸਲਾਮ ਖੂਹ ਵਿੱਚੋਂ ਰੱਬ ਨੇ ਕਢਾ ਕੇ ਨਾ ਬਾਜ਼ਾਰ ਵਿੱਚ ਮੇਰੇ ਦੋਸਤੋ ਫਰੋਖਤ ਹੋ ਗਏ, ਅਜ਼ੀਜ਼ ਮਿਸਰ ਨੇ ਖਰੀਦ, ਅਜ਼ੀਜ਼ ਮਿਸਰ ਖਰੀਦ ਕੇ ਘਰ ਲੈ ਗਿਆ, ਆਪਣੀ ਬੀਵੀ ਨੂੰ ਕੀ ਕਹਿੰਦਾ, ਅਕਰਮੀ ਮਸਵਾ, ਇਹਦੀ ਇੱਜ਼ਤ ਕਰੀ, ਆਖੋ ਸੁਭਾਨ ਅੱਲਾਹ। ਔਰ ਕੁਰਾਨ ਕੀ ਕਹਿੰਦਾ, ਇਨਾ ਅਕਰਮਕੁਮ ਇੰਦੱਲਾਹ ਅਤਕਾਕੁਮ, ਤੁਹਾਡੇ ਵਿੱਚੋਂ ਇੱਜ਼ਤ ਵਾਲਾ ਹੋਏ ਜਿਹੜਾ ਅੱਲਾਹ ਕੋਲੋਂ ਜ਼ਿਆਦਾ ਡਰਨ ਵਾਲਾ ਹੈ। ਅਤੇ ਅਜ਼ੀਜ਼ ਮਿਸਰ ਆਪਣੀ ਬੀਵੀ ਨੂੰ ਕਹਿੰਦਾ, ਅਕਰਮੀ ਮਸਵਾ, ਇਹਦੀ ਇੱਜ਼ਤ ਕਰੀ,
ਵਾਹ ਮੈਂ ਤੇਰੀ ਆਜ਼ਮਤਾਂ ਤੋਂ ਸਦਕੇ ਜਾਵਾਂ, ਪਰਦੇਸ਼ ਵਿੱਚ ਪਰਦੇਸੀ ਦੀ ਬਾਦਸ਼ਾਹ ਦੇ ਘਰੋਂ ਇੱਜ਼ਤ ਕਰਵਾਉਣ ਵਾਲਿਆ ਪਰਵਰਦਿਗਾਰ ਸੋਹਣਿਆ।